हाँ जी सत श्री अकाल जी। अज जी आप थोनों शो करना भी अपना पहला स्टेप की आ जदों आपां डिवाइस आपां मिल गई आ आपां लॉग इन कर लिया वा जिहड़ी HOS.Vistracks.com की वैबसाइट आ उहदे च जाके आपां यूजर नेम जिहड़ी तुसीं ईमेल सानू दित्ती सी इदां पहलां खुलूगी जी ते पासवर्ड जो असीं थोनों टैंपरेरी सेंड कीता आपां साइन इन करके पहला काम आपां जी आपदी इक्विपमेंट क्रिएट करनी आ ते ड्राइवर क्रिएट करने आ। सो आपणीआं तीन मेन टैबां ने आवर ऑफ सर्विस एफटा अते सैटिंग्स। तुसीं सैटिंग्स दे च आ के जी आपदे ड्राइवर्स दे च आ जाओ ड्राइवर्स ते नपो ते इत्थे प्लस साइन आ जांदा आ जिन्ने भी जे थोड़े नहीं क्रिएट कीते ते कोई होणगे इत्थे तां आ जाणगे नहीं तां इत्थे तुसीं प्लस साइन नप देणा ते इक विंडो नवीं खुल जांदी आ। ਇਹਦੇ ਵਿੱਚ ਜੀ ਤੁਸੀਂ ਸਾਰੀ ਆਪਦੀ ਡਰਾਈਵਰ ਦੀ ਇਨਫੋਰਮੇਸ਼ਨ ਐਂਟਰ ਕਰਨੀ ਆ। ਡਰਾਈਵਰ ਆਈ ਡੀ ਲਿਖਣ ਦੀ ਕੋਈ ਲੋੜ ਨਹੀਂ। ਡਰਾਈਵਰ ਨੇਮ ਫਸਟ ਨੇਮ ਡਰਾਈਵਰ ਲਾਸਟ ਨੇਮ ਉਹਦਾ ਲਾਇਸੈਂਸ ਨੰਬਰ ਕਿਹੜੀ ਸਟੇਟ ਤੋਂ ਆ ਜੀ ਉਹ ਅਤੇ ਆਹ ਮੇਨ ਆਫਿਸ 12 AM ਛੇੜ ਇਹਨੂੰ ਛੇੜਨ ਦੀ ਲੋੜ ਨਹੀਂ। ਇੱਦੋਂ ਥੱਲੇ ਆ ਜੀ ਆਹ ਐਗਜ਼ੈਂਪਟ ਨਹੀਂ ਕਰਨ ਦੀ ਲੋੜ ਐਗਜ਼ੈਂਪਟ ਹੈਗਾ ਜੇ ਆਪਣੇ ਡਰਾਈਵਰ ਨੂੰ ਲੌਗ ਬੁੱਕ ਵਰਤਣ ਦੀ ਲੋੜ ਨਹੀਂ ਇਹ ਨਹੀਂ ਆਪਾਂ ਕਰਨਾ ਅਤੇ ਆਹ PDF ਰਿਪੋਰਟ ਨਹੀਂ ਆਪਾਂ ਨੂੰ ਲਿਖਣ ਦੀ ਲੋੜ। ਇਹ ਹੈਗਾ ਵਾ ਜੇ ਆਪਾਂ ਸਰਟੀਫਾਈਡ ਲੌਗ ਬੁੱਕ ਕਿਤੇ ਈਮੇਲ ਕਰਵਾਉਣੀ ਆ ਅਤੇ ਤੁਸੀਂ ਇੱਥੇ ਕਰ ਸਕਦੇ ਹੋ ਇਹ ਜੀ ਲੋੜ ਨਹੀਂ ਆਪਾਂ ਨੂੰ। ਇੱਧਰਲੇ ਪਾਸੇ ਆ ਜਾਂਦੇ ਵੀ ਜਿਹੜੇ ਆਪਣੇ ਰੂਲਸ ਐਂਡ ਰੈਗੂਲੇਸ਼ਨਸ ਵਰਤੇ ਜਾ ਰਹੇ ਆ 70 ਘੰਟੇ 8 ਦਿਨ ਦੇ ਰੂਲ ਜਿਹੜਾ ਆਪਾਂ ਚੱਲ ਰਿਹਾ ਨੋਰਮਲ USA ਦੇ ਵਿੱਚ ਅਤੇ ਆਹ ਕੈਨੇਡਾ ਵਾਲਾ ਰੂਲ ਆ ਜੀ। ਇਹਦੇ ਨਾਲ ਹੀ ਜੀ ਅਤੇ ਉੱਤੇ ਆਪਾਂ ਡਰਾਈਵਰ ਦੀ ਈਮੇਲ ਅਤੇ ਪਾਸਵਰਡ ਉਹਨੂੰ ਦੇਣਾ ਵਾ। ਸੋ ਇਹ ਈਮੇਲ ਅਤੇ ਪਾਸਵਰਡ ਵਰਤਿਆ ਜਾਊਗਾ ਐਪ ਦੇ ਵਿੱਚ ਲੌਗਇਨ ਕਰਨ ਨੂੰ। ਇਹ ਡਰਾਈਵਰ ਦੀ ਤੁਸੀਂ ਪ੍ਰੋਫਾਈਲ ਬਣਾ ਰਹੇ ਹੋ ਸੋ ਉਹ ਤੋਂ ਤੁਸੀਂ ਈਮੇਲ ਐਡਰੈਸ ਉਹਦਾ ਲੈ ਕੇ ਅਤੇ ਉਹਨੂੰ ਪਾਸਵਰਡ ਜਿਹੜਾ ਵੀ ਤੁਸੀਂ ਦੇਣਾ ਚਾਹੋਗੇ ਦੇ ਕੇ ਅਤੇ ਉਹ ਫਿਰ ਐਪ ਦੇ ਵਿੱਚ ਆਪਦੀ ਈਮੇਲ ਵਰਤ ਕੇ ਅਤੇ ਜਿਹੜਾ ਤੁਸੀਂ ਪਾਸਵਰਡ ਦਿੱਤਾ ਉਹ ਵਰਤ ਕੇ ਲੌਗਇਨ ਕਰ ਸਕੂਗਾ। ਆਪਾਂ ਇਹਦੇ ਥੱਲੇ ਸ਼ੋ ਪਰਸਨਲ ਯੂਸ ਅਤੇ ਸ਼ੋ ਯਾਰਡ ਮੂਵਸ ਇਹ ਜ਼ਰੂਰ ਕਰਨਾ ਵਾਂ। ਇਹਦੇ ਨਾਲ ਪਰਸਨਲ ਯੂਸ ਦੇ ਵਿੱਚ ਡਰਾਈਵਰ ਆ ਸਕੂਗਾ ਅਤੇ ਯਾਰਡ ਮੂਵਸ ਵਾਸਤੇ ਵਰਤ ਸਕੂਗਾ ਅਤੇ ਆਪਾਂ ਸੇਵ ਨੱਪ ਦੇਣਾ ਜੀ ਅਤੇ ਆਪਣਾ ਸਾਰਾ ਡਰਾਈਵਰ ਕ੍ਰੀਏਟ ਹੋ ਕੇ ਇਸ ਤਰ੍ਹਾਂ ਸਾਰੀ ਇਨਫੋਰਮੇਸ਼ਨ ਆ ਜਾਣੀ ਹੈ ਜੀ। ਠੀਕ ਹੈ ਜੀ। ਨਾਲ ਦੀ ਨਾਲ ਹੀ ਜਦੋਂ ਆਪਾਂ ਡਰਾਈਵਰ ਕ੍ਰੀਏਟ ਕਰ ਲਿਆ ਉਦੋਂ ਅੱਗੇ ਆਪਾਂ ਇਕੁਇਪਮੈਂਟ ਕ੍ਰੀਏਟ ਕਰਨੀ ਆ। ਤੁਸੀਂ ਆਉਣਾ ਇਕੁਇਪਮੈਂਟ ਦੇ ਵਿੱਚ ਅਤੇ ਇੱਥੇ ਆਪਾਂ ਪਲੱਸ ਸਾਈਨ ਦੁਬਾਰਾ ਤੋਂ ਨੱਪਣਾ ਜੀ। ਪਲੱਸ ਸਾਈਨ ਨੱਪ ਕੇ ਜੀ ਇਹ ਆਪਣੀ ਵਿੰਡੋ ਖੁੱਲ੍ਹ ਜਾਂਦੀ ਆ। ਇਹਦੇ ਉੱਤੇ ਨੇਮ 'ਤੇ ਲਿਖਿਆ ਹੋਇਆ ਇੱਥੇ ਆਪਾਂ ਟਰੱਕ ਨੰਬਰ ਲਿਖਣਾ। ਸੋ ਜੋ ਵੀ ਆ ਟਰੱਕ ਨੰਬਰ 5 ਟਰੱਕ 10 ਥੱਲੇ ਇਹਦੇ ਆਪਾਂ ਟਰੱਕ ਕ੍ਰੀਏਟ ਕਰ ਰਹੇ ਹਾਂ ਜਾਂ ਟ੍ਰੇਲਰ ਕ੍ਰੀਏਟ ਕਰ ਰਹੇ ਹੋ। ਜੇ ਟ੍ਰੇਲਰ ਕ੍ਰੀਏਟ ਕਰਨਾ ਤਾਂ ਆਪਾਂ ਨੂੰ ਆ ਰੈਗੂਲੇਸ਼ਨ ਮੋਡ ਜਾਂ ਡਿਵਾਈਸ ਕੋਈ ਚੂਜ਼ ਕਰਨ ਦੀ ਲੋੜ ਨਹੀਂ। ਤੁਸੀਂ ਸਿੱਧਾ ਵਿਨ ਨੰਬਰ ਲਾਇਸੈਂਸ ਪਲੇਟ ਅਤੇ ਆ DVIR ਫਾਰਮ ਆ ਜਿਹੜਾ ਇਹ ਆਪਣਾ ਪ੍ਰੀ ਟ੍ਰਿਪ ਫਾਰਮ ਆ ਵੀ ਪ੍ਰੀ ਟ੍ਰਿਪ ਕਿਹੜੀ ਕਰਨੀ ਆ। ਤੁਸੀਂ ਇਹ ਤੋਂ ਨੱਪੋਗੇ ਅਤੇ ਆਪਾਂ ਟ੍ਰੇਲਰ ਕਰ ਰਹੇ ਹੋ ਅਤੇ ਟ੍ਰੇਲਰ ਕਰ ਦੇਣੀ ਆ। ਅਤੇ ਜੇ ਤੁਸੀਂ ਟਰੱਕ ਕ੍ਰੀਏਟ ਕਰ ਰਹੇ ਹੋ ਤਾਂ ਉਵੇਂ ਤੁਸੀਂ ਟਰੱਕ ਨੇਮ ਪਾ ਕੇ ਆਹ ਮੇਕ ਸ਼ੋਰ ਕਰਨਾ ਵੀ AOBRDO ਹੀ ਆ ਅਤੇ ELD 'ਤੇ ਆਪਾਂ ਚੇਂਜ ਨਹੀਂ ਕਰਨਾ। ਅਤੇ ਇੱਥੇ ਸਾਰੀ ਇਨਫੋਰਮੇਸ਼ਨ ਟਰੱਕ ਦੀ ਐਂਟਰ ਕਰਕੇ ਅਤੇ ਤੁਸੀਂ ਉਹਨੂੰ ਵੀ ਸਿਲੈਕਟ ਕਰ ਦੇਣਾ ਵੀ ਕਿਹੜਾ ਪ੍ਰੀ ਟ੍ਰਿਪ ਫਾਰਮ ਦੇਣਾ। ਆਪਾਂ ਦੇਣਾ ਟਰੱਕ ਵਾਲਾ ਅਤੇ ਇਹਨੂੰ ਟਰੱਕ ਕਰਕੇ ਜੀ ਹੋਮ ਟਰਮੀਨਲ 'ਤੇ ਆਪਾਂ ਚੂਜ਼ ਕਰਨਾ ਮੇਨ ਆਫਿਸ ਅਤੇ ਆ GPS ਜੋ ਰਿਸੀਵਰ ਆ ਇੱਥੇ ਤੁਸੀਂ ਨੱਪੋਗੇ ਅਤੇ ਥੋੜ੍ਹਾ ਜਿਹਾ ਥੱਲੇ ਨੂੰ ਆਉਂਗੇ ਤਾਂ ਆ ਇੱਕ ਹੋਰ ਆਪਸ਼ਨ ਆ ਜਾਂਦੀ ਆ VBUS ਡਿਵਾਈਸ। ਆਪਾਂ VBUS ਡਿਵਾਈਸ 'ਤੇ ਨੱਪਣਾ ਐਂਡ ਲਾਸਟ ਆਪਾਂ ਜੀ ਇੱਧਰ ਆ ਜਾਂਦੀ ਆ ਵੀ ਆਪਾਂ ਡਿਵਾਈਸ ਕਿਹੜੀ ਵਰਤ ਰਹੇ ਹੋ। ਤੁਸੀਂ ਇੱਥੇ ਨੱਪਣਾ ਅਤੇ ਆਪਾਂ ਸਭ ਤੋਂ ਥੱਲੇ ਜਾਵਾਂਗੇ ਅਤੇ ਦੂਜੇ ਨੰਬਰ ਤੋਂ ਆ ਜਾਂਦੀ ਆ ਪੈਸੀਫਿਕ ਟਰੈਕ। ਸੋ ਇਹ ਉਹ ਹਾਰਡਵੇਅਰ ਆ ਜਿਹੜਾ ਆਪਾਂ ਕਨੈਕਟ ਕਰਨਾ ਸੋਫਟਵੇਅਰ ਦੇ ਨਾਲ। ਤੁਸੀਂ ਇੱਥੇ ਨੱਪੋਗੇ ਅਤੇ ਆਹ 3-4 ਚੀਜ਼ਾਂ ਹੋਰ ਆ ਗਈਆਂ। ਆਪਾਂ ਨੂੰ ਇਹਦੇ 'ਚ ਕੁਛ ਨੱਪਣ ਦੀ ਲੋੜ ਨਹੀਂ। ਆਹ ਯੂਜ਼ GPS ਓਡੋਮੀਟਰ ਇਹਦੇ 'ਚ ਕੁਛ ਨੱਪਣ ਦੀ ਲੋੜ ਨਹੀਂ। ਆਪਾਂ ਸਿੱਧਾ ਸੇਵ ਕਰ ਦੇਣਾ ਅਤੇ ਉਹਨੇ ਆਪਣੀ ਇਕੁਇਪਮੈਂਟ ਸੇਵ ਕਰ ਦੇਣੀ ਆ। ਜੋ ਜਦੋਂ ਤੁਸੀਂ ਇਕੁਇਪਮੈਂਟ ਸੇਵ ਕਰਤੀ ਉਹ ਜੀ ਇਸ ਤਰ੍ਹਾਂ ਸ਼ੋ ਹੋਊਗਾ ਜੀ। ਠੀਕ ਹੈ ਜੀ। ਜਦੋਂ ਤੁਸੀਂ ਕਨੈਕਟ ਕਰਤਾ ਇੱਕ ਵਾਰੀ ਉਦੋਂ ਆਹ ਸਾਰਾ ਕੁਛ ਆਪੇ ਭਰਿਆ ਜਾਊਗਾ ਅਤੇ ਇਹਨੇ ਤੁਹਾਡੇ ਵਿਨ ਨੰਬਰ ਨਾਲ ਆਪੇ ਕਨੈਕਟ ਕਰ ਲੈਣਾ ਅਤੇ ਤੁਸੀਂ ਸੇਵ ਨੱਪ ਸਕੋਗੇ ਅਤੇ ਉਹਨੇ ਸੇਵ ਕਰ ਦੇਣਾ। ਬਾਕੀ ਜੀ ਇਹ ਮੇਨ ਆ। ਇਹਤੋਂ ਬਾਅਦ ਤੁਸੀਂ ਆਪਦਾ ਡਰਾਈਵਰ ਜੇ ਕ੍ਰੀਏਟ ਕੀਤਾ ਹੋਇਆ ਵਾ ਅਤੇ ਤੁਸੀਂ ਹੁਣ ਆਪਦੀ ਐਪ ਦੇ ਵਿੱਚ ਜਾ ਕੇ ਜੋ ਤੁਸੀਂ ਨਵੀਂ ਈਮੇਲ ਵਰਤੀ ਆ ਕ੍ਰੀਏਟ ਕਰਨ ਨੂੰ ਉਹਦੇ ਨਾਲ ਲੌਗਇਨ ਕਰ ਸਕਦੇ ਹੋ।
and thank you very much.